ਸਿਹਤ ਮੰਤਰੀ ਬ੍ਰਹਮਿੰਦਰਾ ਅਤੇ ਆਮ ਆਦਮੀ ਪਾਰਟੀ ਦੇ ਐਮ ਪੀ ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ, ਜਿਨ੍ਹਾਂ ਨੇ ਆਪਣੇ ਐਮ ਪੀ ਕੋਟੇ ਤੋਂ ਕੋਟਕਪੂਰਾ ਸਰਕਾਰੀ ਸਿਵਲ ਹਸਪਤਾਲ ਨੂੰ ਇੱਕ ਐਂਬੂਲੈਂਸ ਅਤੇ ਡਿਜੀਟਲ ਐਕਸਰੇ ਮਸ਼ੀਨ ਦੇ ਲਈ 8 ਮਹੀਨੇ ਪਹਿਲਾਂ ਗ੍ਰਾਂਟ ਜਾਰੀ ਕੀਤੀ ਸੀ, ਜੋ ਸਮੇਂ ਦੀ ਸਰਕਾਰ ਅਤੇ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਹੁਣ ਜਾ ਕੇ ਮਿਲੀ ਹੈ। ਅਸੀਂ ਅੱਜ IMA ਕੋਟਕਪੂਰੇ ਵੱਲੋਂ ਰੀਪ੍ਰਜੈਂਟੇਟਿਵ ਦੇ ਤੌਰ 'ਤੇ ਇੱਥੇ ਆਏ ਹਾਂ ਅਤੇ ਇਹ ਦੱਸਣਾ ਚਾਹੁੰਦੇ ਸੀ ਕਿ ਜਿਹੜੀ ਸਾਡੀ ਇੰਸ਼ੋਰੈਂਸ ਸਕੀਮ ਹੈ ਪੰਜਾਬ ਦੀ, ਜਿਹੜੀ ਭਾਈ ਭਗਤ ਪੂਰਨ ਸਿੰਘ ਸਕੀਮ ਚਲਾਈ ਹੈ ਸਰਕਾਰ ਨੇ, ਬਹੁਤ ਅੱਛੀ ਚਲਾਈ ਸੀ, ਆਮ ਲੋਕਾਂ ਦੀ ਬੜਾ ਫਾਇਦਾ ਹੋਣਾ ਸੀਗਾ, ਪਰ ਲੋਕਾਂ ਨੂੰ ਹਜੇ ਉੱਪਰਲੀਆਂ ਗੱਲਾਂ ਦੇ ਵਿੱਚ ਨੇ, ਅੰਦਰੂਨੀ ਗੱਲਾਂ ਦਾ ਪਤਾ ਹੀ ਨਹੀਂ ਕਿ ਕਿੰਨਾ ਜ਼ਿਆਦਾ ਇਹਦੀ ਆਮ ਲੋਕਾਂ ਨੂੰ ਹਿੱਟ ਹੋ ਰਿਹਾ ਹੈ। ਇਹਨਾਂ ਨੇ 1 ਅਪ੍ਰੈਲ ਤੋਂ 30 ਅਕਤੂਬਰ ਤੱਕ ਦੁਬਾਰਾ ਰਿਨਿਊ ਕਰਤੀ ਸਕੀਮ, ਜਿਹੜੀ ਸਕੀਮ ਰਿਨਿਊ ਕੀਤੀ ਹੈ, ਮੇਰਾ ਕੋਈ ਪੋਲੀਟੀਕਲ ਦਾਇਰਾ ਨਹੀਂ ਕਿ ਮੈਂ ਇਹਨਾਂ ਦੀ ਆਮ ਆਦਮੀ ਕਰਕੇ ਜਾਂ ਕਾਂਗਰਸ ਕਰਕੇ, ਅਸੀਂ ਤਾਂ IMA ਵੱਲੋਂ ਆਮ ਲੋਕਾਂ ਦੀ ਸੇਵਾ ਦੇ ਹਿੱਤ ਵਾਸਤੇ ਜਿਹੜੀ ਹੈਗੀ ਇਹ ਤੁਹਾਡੇ ਨਾਲ ਡਿਸਕਸ਼ਨ ਕਰਨ ਲੱਗੀ ਹੈ। 1 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਤੁਸੀਂ ਦੇਖੋਗੇ ਜਿੰਨੇ ਲੋਕਾਂ ਨੇ ਪਹਿਲਾਂ ਸੇਵਾ ਦਿੱਤੀ ਉਹਨਾਂ 'ਚੋਂ 5% ਲੋਕਾਂ ਨੇ ਵੀ ਨਹੀਂ ਇਸ ਸੇਵਾ ਦਾ ਲਾਭ ਲੈ ਸਕੇ। ਤੁਸੀਂ ਪਹਿਲਾਂ ਸਵਾਲ ਪੁੱਛਣ ਵਾਲਾ ਸੀ ਮੰਤਰੀ ਜੀ ਨੂੰ, ਜੇ ਪਹਿਲਾਂ 1 ਮਹੀਨੇ ਦੇ ਵਿੱਚ 5000 ਕੇਸ ਭਗਤ ਪੂਰਨ ਸਿੰਘ ਸਕੀਮ ਦੇ ਵਿੱਚ ਪੰਜਾਬ ਦੇ ਵਿੱਚ ਉਹਦਾ ਫਾਇਦਾ ਲੈਂਦਾ ਸੀ, 1 ਅਪ੍ਰੈਲ ਤੋਂ 30 ਅਪ੍ਰੈਲ ਦੇ ਵਿੱਚ 200 ਕੇਸ ਵੀ ਨਹੀਂ ਹੋਏ। ਉਹਦਾ ਕਾਰਨ ਕੀ ਸੀ? ਕਰੋੜਾਂ ਰੁਪਈਆ ਜਿਹੜਾ ਸਰਕਾਰ ਨੇ ਕਿਹਾ ਸੀਗਾ ਕਿ ਡਾਕਟਰਸ ਨੇ ਜਿਹੜੀ ਸੇਵਾ ਦੇਣੀ ਹੈ ਉਹਦੇ ਅਗੇਂਸਟ ਉਹਨੂੰ ਪੇਮੈਂਟ ਦੇਣੀ ਹੈ, ਸਰਕਾਰ ਨੇ ਮੈਮੋਰੈਂਡਮ ਕੀਤਾ ਸੀ ਵੀ ਤੁਸੀਂ ਸੇਵਾ ਕਰੋ, ਕਿਉਂਕਿ ਜਿਹੜਾ ਰੇਟ ਫਿਕਸ ਕੀਤਾ ਸੀ ਉਹ ਨੋ ਪ੍ਰੋਫਿਟ ਨੋ ਲੋਸ ਬੇਸਿਸ 'ਤੇ ਕੀਤਾ ਸੀ, ਵੀ ਜਦੋਂ ਤੁਸੀਂ ਨੋ ਪ੍ਰੋਫਿਟ ਨੋ ਲੋਸ ਬੇਸਿਸ 'ਤੇ ਸੈੱਟ ਕਰ ਲਿਆ ਰੇਟ, 1 ਮਹੀਨੇ ਬਾਅਦ ਉਹਦੀ ਪੇਮੈਂਟ ਦੇਣੀ ਹੈ ਡਾਕਟਰ ਨੂੰ, ਅਤੇ ਡਾਕਟਰਾਂ ਨੂੰ ਸਾਲ ਹੋ ਗਿਆ, ਡੇਢ ਸਾਲ ਹੋ ਗਿਆ ਪੇਮੈਂਟ ਨਹੀਂ ਦਿੱਤੀ, ਸਿਵਲ ਹੋਸਪਿਟਲ ਫਰੀਦਕੋਟ ਮੈਡੀਕਲ ਕਾਲਜ ਲੋਕਲ ਡਾਕਟਰ ਜਦੋਂ ਪੇਮੈਂਟ ਹੀ ਨਹੀਂ ਮਿਲੂਗੀ ਉਹਨਾਂ ਨੂੰ, ਅਤੇ ਉਹ ਮਰੀਜ਼ਾਂ ਦੀ ਸੇਵਾ ਕਿਵੇਂ ਕਰਨਗੇ? ਹੁਣ ਉੱਤੋਂ ਮਤਲਬ ਸਰਕਾਰ ਦੀ ਦੇਖੋ ਕਿੱਡੀ ਵੱਡੀ ਅਣਦੇਖੀ ਹੈ, ਇੱਕ ਆਮ ਬੰਦਾ ਜਿਹੜਾ ਹੈਗਾ ਜਿਹਨੂੰ ਪ੍ਰਾਈਵੇਟ ਹੋਸਪਿਟਲਸ ਦੇ ਵਿੱਚ ਇੱਕ ਫੈਸਿਲਿਟੀ ਮਿਲਣੀ ਸੀ ਸਿਰਫ ਸਰਕਾਰ ਦੀ ਨਲਾਇਕੀ ਕਰਕੇ ਇਹ ਸਾਰੀ ਸੁਵਿਧਾ ਰੋਕੀ ਹੈ, ਇਹਦੇ ਨਾਲ ਕਿੰਨੇ ਹਜ਼ਾਰਾਂ ਲੋਕਾਂ ਦਾ ਆਪਣੇ ਜ਼ਿਲ੍ਹੇ 'ਚ ਫਾਇਦਾ ਹੋਣਾ ਸੀਗਾ। ਕਿੰਨਾ ਕੁ ਨੀਅਰ ਅਬਾਊਟ ਇੱਕ ਹੋਸਪਿਟਲ ਦਾ ਆਪਾਂ ਲਾ ਕੇ ਚੱਲੀਏ? ਮੈਂ ਕਿਹਾ ਟੋਟਲ 14-15 ਕਰੋੜ ਰੁਪਈਆ ਪੰਜਾਬ ਦਾ ਪਿਆ। ਨਹੀਂ ਨਹੀਂ, ਇੱਕ ਹੋਸਪਿਟਲ ਦਾ, ਹੋਸਪਿਟਲ ਦਾ ਕਿਸੇ ਦਾ 10 ਲੱਖ ਹੈ, ਕਿਸੇ ਦਾ 5 ਲੱਖ ਹੈ, ਕਿਸੇ ਦਾ 20 ਲੱਖ ਰੁਪਇਆ ਹੈ, ਪਰ ਜੇ ਹੁਣ ਤੁਸੀਂ 15-15, 20-20 ਲੱਖ ਰੁਪਏ ਪੇਮੈਂਟ ਹੀ ਨਹੀਂ ਕਰੋਗੇ ਤੁਸੀਂ ਡਾਕਟਰਸ ਦੀ, ਤਾਂ ਉਹਦੇ ਬਤੌਰ ਜਿਹੜੀ ਹੈਲਥ ਇੰਸ਼ੋਰੈਂਸ ਸਕੀਮ ਹੈ ਇਹ ਹੁਣ ਆਲਮੋਸਟ ਕਾਗਜ਼ਾਂ 'ਚ ਰਹਿ ਗਈ। ਦੇਖੋ ਜੀ, ਕੋਟਕਪੂਰਾ ਇੱਕ ਸੈਂਟਰਲ ਪਲੇਸ ਹੈ ਜਿੱਥੇ ਬਾਹਰਲੇ ਕਸਬਿਆਂ ਤੋਂ ਵੱਡੇ ਵੱਡੇ ਸ਼ਹਿਰਾਂ ਤੋਂ 5-6 ਸੜਕਾਂ ਆ ਕੇ ਮਿਲਦੀਆਂ, ਇੱਥੇ ਦੂਰੋਂ ਦੂਰੋਂ ਪੇਸ਼ੈਂਟ ਵੀ ਲਿਆਉਂਦੇ ਜਾਂਦੇ ਨੇ ਅਤੇ ਪਿੰਡਾਂ ਤੋਂ ਵੀ ਬਹੁਤ ਸੜਕਾਂ ਇੱਥੇ ਆ ਕੇ ਮਿਲਦੀਆਂ ਨੇ। ਪਰ ਅਸੀਂ ਦੇਖਦੇ ਸੀ ਕਿ ਇਸ ਸ਼ਹਿਰ ਨੂੰ, ਕੋਟਕਪੂਰਾ ਇੱਕ ਜਿਹੜਾ ਕਸਬਾ ਹੈ, ਕਿੱਥੇ ਇਹਦਾ ਪਹਿਲਾਂ ਐਡਾ ਨਾਂ ਹੁੰਦਾ ਸੀ, ਪਰ ਹੌਲੀ ਹੌਲੀ ਜਦੋਂ ਸਰਕਾਰਾਂ ਚੇਂਜ ਹੁੰਦੀਆਂ ਤਾਂ ਕਈ ਵਾਰੀ ਵਿਕਾਸ ਨਾਲ ਅੱਗੇ ਚੜ੍ਹਦੇ ਨੇ ਸ਼ਹਿਰ, ਅਤੇ ਕਈ ਵਾਰੀ ਜਮ੍ਹਾਂ ਹੀ ਥੱਲੇ ਡਿੱਗ ਪੈਂਦੇ ਨੇ। ਅਸੀਂ ਦੇਖਿਆ ਸੀ ਵੀ ਇਹ ਥੱਲੇ ਡਿੱਗ ਰਿਹਾ। ਇਸ ਨੂੰ ਉੱਚਾ ਚੁੱਕਣ ਵਾਸਤੇ MP ਲੈਂਡ ਦਾ ਥੋੜ੍ਹਾ ਜਿਹਾ ਪੈਸਾ ਹੁੰਦਾ, ਜਿਹੜਾ ਫਰੀਦਕੋਟ ਦੀ ਕੰਸਟੀਚੁਐਂਸੀ ਐਡੀ ਵੱਡੀ ਹੈ ਜਿਹਦੇ ਵਿੱਚ 600-700 ਪਿੰਡ ਨੇ ਅਤੇ ਜਿਹਦੇ ਵਿੱਚ 9 ਹਲਕੇ ਨੇ, ਉਹਦੇ ਵਿੱਚ MP ਲੈਂਡ 'ਚੋਂ ਅਸੀਂ ਪੈਸੇ ਕੱਢ ਕੇ ਕੋਸ਼ਿਸ਼ ਕੀਤੀ ਹੈ ਵੀ ਇੱਥੇ ਦੇਈਏ। ਇੱਥੇ ਅਸੀਂ 6,38,000 ਰੁਪਈਆ ਤਾਂ ਐਂਬੂਲੈਂਸ ਵਾਸਤੇ ਦਿੱਤਾ ਸੀ। ਡਿਜੀਟਲ ਐਕਸਰੇ ਮਸ਼ੀਨ ਹੈ ਜਿਹੜੀ, ਉਹਦੇ ਵਾਸਤੇ 9.5 ਲੱਖ ਰੁਪਈਆ ਦਿੱਤਾ ਸੀ, ਜਿਸ ਦਾ ਅੱਜ ਉਦਘਾਟਨ ਹੋਇਆ। ਅਤੇ ਅਸੀਂ ਹਲੇ ਹੋਰ ਸੋਚ ਰਹੇ ਹਾਂ
ਵੀ ਜੇ ਸਾਨੂੰ ਉੱਪਰੋਂ ਪੈਸੇ ਮਿਲ ਗਏ ਅਸੀਂ ਫਿਰ ਲਾਵਾਂਗੇ। ਪਰ ਪੰਜਾਬ ਸਰਕਾਰ, ਕਿਉਂਕਿ ਜਿਵੇਂ ਅੱਜ ਸਾਡੇ ਮੰਤਰੀ ਹੈਲਥ ਮਿਨਿਸਟਰ ਵੀ ਆਏ ਨੇ, ਇਹਨਾਂ ਦਾ ਤਾਂ ਫੀਲਡ ਹੈ ਇਹ, ਇਹਨਾਂ ਨੂੰ ਵੱਧ ਤੋਂ ਵੱਧ ਇੱਥੇ ਕੰਟਰੀਬਿਊਟ ਕਰਨਾ ਚਾਹੀਦਾ।